ਅੱਜ ਮੈਂ ਤੁਹਾਨੂੰ ਕਰਵਾਉਣ ਲੱਗੀ ਹਾਂ ਫਾਈਨਲ ਵਰਜ਼ਨ ਦਾ 16th ਕਿਊ ਕਾਰਡ। ਡਿਸਕ੍ਰਾਈਬ ਅ ਸਪੈਸ਼ਲ ਮੀਲ ਦੈਟ ਸਮਵਨ ਮੇਡ ਫੋਰ ਯੂ। ਕੋਈ ਵੀ ਉਹ ਸਪੈਸ਼ਲ ਫੂਡ ਦੱਸਣਾ ਵਾ ਜਿਹੜਾ ਤੁਹਾਡੇ ਲਈ ਕਿਸੇ ਨੇ ਬਣਾਇਆ ਹੋਵੇ, ਠੀਕ ਹੈ। ਇਸ ਤੋਂ ਪਹਿਲਾਂ ਜਿਹੜੇ 15 ਕਿਊ ਕਾਰਡਸ ਆਲਰੇਡੀ ਅਪਲੋਡਡ ਹੈ ਔਨ ਮਾਈ ਯੂਟਿਊਬ ਚੈਨਲ ਆਇਲਸ ਵਿਦ ਸੋਫੀਆ, ਪਲੀਜ਼ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ, ਪਲੇਲਿਸਟ ਬਣੀ ਹੋਈ ਹੈ। ਫਸਟ ਕੁਸ਼ਚਨ ਆਪਣਾ ਹੈਗਾ ਵੈ ਕਿ ਕਿਸ ਨੇ ਤੁਹਾਡੇ ਲਈ ਸਪੈਸ਼ਲ ਮੀਲ ਬਣਾਇਆ, ਕਦੋਂ ਬਣਾਇਆ, ਕਿਵੇਂ ਬਣਾਇਆ। ਥਰਡ ਕੁਸ਼ਚਨ, ਵਟ ਐਂਡ ਵਾਈ, ਉਸਨੇ ਕੀ ਬਣਾਇਆ, ਕਿਉਂ ਬਣਾਇਆ, ਅਤੇ ਐਕਸਪਲੇਨ ਕਰੋ ਕਿ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਉਸ ਮੀਲ ਨੂੰ ਖਾ ਕੇ। ਬੀ ਵੈਰੀ ਓਨੈਸਟ, ਸੱਚੀ ਮੁੱਚੀ ਗੱਲ ਦੱਸਾਂ, ਆਈ ਵਿਲ ਸੇ, ਮੈਂ ਤਾਂ ਇਹੀ ਕਹਾਂਗਾ, ਆਈ ਐਮ ਫੂਡ ਲਵਰ ਪਰਸਨ। ਸੱਚ ਮੁੱਚੀ ਗਾਈਸ, ਮੈਨੂੰ ਫੂਡ ਬਹੁਤ ਜ਼ਿਆਦਾ ਪਸੰਦ ਹੈ, ਸੋ ਦੈਟਸ ਵਾਈ ਮੈਂ ਫੂਡੀ 'ਤੇ ਲਿਖਿਆ ਵੈ, ਲਾਈਕ ਆਈ ਕੈਨ ਸੇ ਆਈ ਐਮ ਫੂਡੀ ਪਰਸਨ, ਠੀਕ ਹੈ। ਸੋ ਅਗਰ ਤੁਹਾਨੂੰ ਵੀ ਫੂਡ ਖਾਣਾ ਪਸੰਦ ਹੈ ਦੈਨ ਤੁਸੀਂ ਉਹੀ ਲਿਖੋ, ਕਿਉਂਕਿ ਉਹਨੂੰ ਤੁਸੀਂ ਐਜ਼ ਅ ਨੈਚੁਰਲ ਬੋਲ ਸਕਦੇ ਹੋ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਜ਼ਿਆਦਾ ਪਸੰਦ ਹੈ। ਆਈ ਲਾਈਕ ਟੂ ਈਟ, ਮੈਨੂੰ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਪਸੰਦ ਹੈ। ਆਈ ਲਾਈਕ ਟੂ ਈਟ ਡਿਫਰੈਂਟ ਟਾਈਪਸ ਆਫ ਡਿਸ਼ਿਸ, ਮੈਨੂੰ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਪਸੰਦ ਹੈ। ਬਟ ਅੱਜ ਮੈਨੂੰ ਚਾਂਸ ਮਿਲਿਆ ਵੈ ਟੂ ਸ਼ੇਅਰ ਕਰਨ ਦਾ ਉਹ ਮੂਮੈਂਟ ਜਦੋਂ ਕਿਸੇ ਨੇ ਮੇਰੇ ਲਈ ਸਪੈਸ਼ਲ ਖਾਣਾ ਬਣਾਇਆ, ਠੀਕ ਹੈ। ਗਾਈਸ, ਤੁਸੀਂ ਇੱਕ ਸਿੰਗਲ ਮੋਡਿਊਲ ਆਪਣਾ ਸਟਾਰਟ ਕਰ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਤੁਸੀਂ ਸਿੰਗਲ ਰੀਡਿੰਗ ਮੋਡਿਊਲ ਲੈਣਾ, ਰਾਈਟਿੰਗ ਲੈਣਾ, ਸਪੀਕਿੰਗ ਲੈਣਾ, ਦਿਸ ਇਜ਼ ਯੋਰ ਵਿਸ਼। ਸਪੀਕਿੰਗ ਹੋਏਗੀ ਪਰਸਨਲ, ਆਲ ਕਲਾਸਿਸ ਰੀਡਿੰਗ, ਰਾਈਟਿੰਗ, ਜਰਨਲ ਰੀਡਿੰਗ ਈਵਨਿੰਗ ਨੂੰ ਲੱਗਦੀਆਂ ਮੈਂ, ਤਾਂ ਕਿ ਹਰ ਕੋਈ ਜੁਆਇਨ ਕਰ ਸਕੇ ਬੈਚ। ਐਂਡ ਫੀਸ ਬਹੁਤ ਜ਼ਿਆਦਾ ਰੀਜ਼ਨੇਬਲ ਹੈ, ਤੁਸੀਂ ਆਸਾਨੀ ਦੇ ਨਾਲ ਅਫੋਰਡ ਕਰ ਸਕਦੇ ਹੋ। ਹੂ ਡਿਡ ਇਟ, ਕੌਣ ਸੀ ਉਹ ਜਿਹਨੇ ਤੁਹਾਡੇ ਲਈ ਖਾਣਾ ਬਣਾਇਆ। ਆਈ ਵਿਵਿਡਲੀ ਰਿਮੈਂਬਰ ਦੈਟ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਮੇਰੇ ਹੋਸਟਲ ਪੀਰੀਅਡ ਦੇ ਵਿੱਚ ਜਦੋਂ ਮੈਂ ਘਰ ਵਾਪਸ ਆਇਆ ਸਮਰ ਵਕੇਸ਼ਨ, ਐਂਡ ਆਈ ਕੇਮ ਬੈਕ ਟੂ ਮਾਈ ਹਾਊਸ ਸੋ ਦੈਟ, ਤਾਂ ਕਿ ਮੈਂ ਟਾਈਮ ਸਪੈਂਡ ਕਰ ਸਕਾਂ ਆਪਣੀ ਫੈਮਲੀ ਦੇ ਨਾਲ। ਦੈਨ ਮਾਈ ਮਦਰ, ਮੇਰੇ ਮੰਮਾ ਨੇ ਸਪੈਸ਼ਲ ਖਾਣਾ ਬਣਾਇਆ ਮੇਰੇ ਲਈ, ਜਿਹੜਾ ਮੇਰੇ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਵੈ। ਕੋਸ਼ਿਸ਼ ਕਰਿਆ ਕਰੋ ਪੈਸਿਵ ਬਣਾਉਣ ਦੀ, ਪੈਸਿਵ ਦੇ ਨਾਲ ਤੁਹਾਡੇ ਬੈਂਡ ਸਕੋਰ ਬਹੁਤ ਅੱਛੇ ਆਉਣਗੇ। ਅਗਰ ਤੁਸੀਂ 6th 'ਤੇ ਹੋ ਨਾ, 6.5 ਬੈਂਡ ਸਕੋਰ ਆ ਜਾਣੇ। ਅਗਰ ਤੁਸੀਂ ਪੈਸਿਵ ਐਟਲੀਸਟ 3-4 ਸੈਂਟੈਂਸ ਵੀ ਬਣਾ ਜਾਂਦੇ ਹੋ। ਵੈਨ ਐਂਡ ਹਾਓ, ਕਦੋਂ ਬਣਾਇਆ ਅਤੇ ਕਿਸ ਤਰ੍ਹਾਂ ਬਣਾਇਆ, ਇਹ ਗੱਲ ਨਾ ਮਤਲਬ ਸੋਚੋ ਕਿ ਉਹਨਾਂ ਨੇ ਇਹ ਪੁੱਛਿਆ ਕਿ ਕੀ ਬਣਾਇਆ, ਉਹਨਾਂ ਨੇ ਇਹ ਪੁੱਛਿਆ ਕਦੋਂ ਅਤੇ ਕਿਵੇਂ। ਬਸ ਕਦੋਂ ਅਤੇ ਕਿਵੇਂ ਦਾ ਜਵਾਬ ਦੇਣਾ, ਕਦੋਂ ਬਣਾਇਆ, ਲਾਸਟ ਈਅਰ, ਠੀਕ ਹੈ। ਆਪਾਂ ਕਦੋਂ ਦਾ ਟਾਈਮ ਪੀਰੀਅਡ ਦੱਸ ਦਿੱਤਾ ਕਿ ਕਦੋਂ ਬਣਾਇਆ ਵੈ, ਕਿਵੇਂ ਬਣਾਇਆ। ਮਾਈ ਸਿਸਟਰ ਟੋਲਡ ਮੀ, ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਮੰਮਾ ਨਾ ਸਵੇਰੇ 5 ਵਜੇ ਉੱਠੇ ਸੀ, ਸੋ ਦੈਟ ਤਾਂ ਕਿ ਉਹ ਆਪਣਾ ਘਰ ਦਾ ਸਾਰਾ ਕੰਮ ਕੰਪਲੀਟ ਕਰ ਸਕਣ। ਕਿਵੇਂ ਦਾ ਦੱਸਣਾ ਨਾ ਹੁਣ ਆਂਸਰ, ਕਿਵੇਂ ਬਣਾਇਆ ਉਹਨਾਂ ਨੇ, ਆਲ ਹਾਊਸ ਹੋਲਡ ਚੋਰ ਸਾਰੇ ਉਹਨਾਂ ਨੇ ਕੰਮ ਖਤਮ ਕਰ ਲਏ। ਦੈਨ ਪ੍ਰਿਪੇਅਰ, ਦੈਨ ਉਹਨਾਂ ਨੇ ਪ੍ਰਿਪੇਅਰ ਕੀਤਾ ਸਪੈਸ਼ਲੀ ਲੰਚ ਫੋਰ ਮੀ, ਉਹਨਾਂ ਨੇ ਮੇਰੇ ਲਈ ਸਪੈਸ਼ਲੀ ਲੰਚ ਪ੍ਰਿਪੇਅਰ ਕੀਤਾ। ਫਸਟਲੀ ਉਹਨਾਂ ਨੇ ਬੋਇਲ ਕੀਤੇ ਪੋਟੈਟੋ, ਆਫਟਰ ਦੈਟ ਉਹਨਾਂ ਨੂੰ ਪੀਲ ਕਰਕੇ ਮੈਸ਼ ਕਰ ਦਿੱਤਾ ਸਾਰਿਆਂ ਨੂੰ ਵਿਦ ਡਿਸਟਿੰਕਟ ਟਾਈਪ ਆਫ ਸਪਾਈਸਿਸ। ਉਹਨਾਂ ਨੇ ਸਪਾਈਸਿਸ ਮਤਲਬ ਮਸਾਲੇ ਪਾ ਦਿੱਤੇ, ਲਾਈਕ ਗਰਮ ਮਸਾਲਾ, ਕੋਰੀਐਂਡਰ, ਰੈੱਡ ਚਿਲੀ ਫਲੇਕਸ ਐਂਡ ਮੈਨੀ ਮੋਰ, ਵਿਚ ਇਨਕਰੀਜ਼ ਦ ਟੇਸਟ ਆਫ ਆਲੂ ਵਾਲੀ ਰੋਟੀ। ਇਹਦਾ ਮਤਲਬ ਕੀ ਸਪੈਸ਼ਲ ਬਣਾਇਆ ਮੇਰੇ ਲਈ, ਆਲੂ ਵਾਲੀ ਰੋਟੀ। ਲੱਗ ਗਿਆ ਪਤਾ ਕੀ ਸੀ ਸਪੈਸ਼ਲ ਮੀਲ, ਆਲੂ ਵਾਲੀ ਰੋਟੀ। ਅਤੇ ਆਲੂ ਵਾਲੀ ਰੋਟੀ ਹੁਣ ਤੁਸੀਂ ਹਰ ਰੋਜ਼ ਖਾਂਦੇ ਹੋ, ਈਵਨ ਕਿ ਹਫ਼ਤੇ ਦੇ ਵਿੱਚ ਹਰ ਸੰਡੇ ਨੂੰ ਤੁਸੀਂ ਖਾਂਦੇ ਹੋ, ਅਤੇ ਸਾਰਿਆਂ ਨੂੰ ਹੀ ਮੋਸਟਲੀ ਪਸੰਦ ਆ ਆਲੂ ਵਾਲੀ ਰੋਟੀ। ਆਲੂ ਵਾਲੀ ਰੋਟੀ ਦੇ ਨਾਲ ਹੁੰਦਾ ਕੀ ਆ, ਦਹੀਂ, ਮੱਖਣ, ਤੁਸੀਂ ਨੈਚੁਰਲ ਬੋਲ ਸਕਦੇ ਹੋ। ਆਲੂ ਰੋਟੀ ਦਾ ਆਪਾਂ ਉਦੋਂ ਵੀ ਬਣਾ ਲੈਂਦੇ ਹਾਂ ਜਦੋਂ ਆਪਣੇ ਘਰ ਗੈਸਟ ਆਉਂਦੇ ਹਨ, ਜਾਂ ਨੋਰਮਲੀ ਆਪਾਂ ਬਣਾ ਲੈਂਦੇ ਹਾਂ। ਕੁਛ ਵੀ ਇਹਦੇ 'ਤੇ ਤੁਸੀਂ ਆਪਣੀ ਰੋਟੀ ਦਾ ਇਹਦਾ 'ਤੇ ਬਣਾ ਕੇ ਸਟੋਰੀ ਬੋਲ ਸਕਦੇ ਹੋ।
ਆਈਡੀਆ ਹੀ ਉਹੀ ਯੂਜ਼ ਕੀਤਾ ਵਾ ਜਿਹੜਾ ਤੁਹਾਨੂੰ ਸੌਖਾ ਵੀ ਲੱਗੇ। ਵਟ ਐਂਡ ਵਾਈ, ਉਹਨਾਂ ਨੇ ਕੀ ਬਣਾਇਆ? ਹੁਣ ਆਪਾਂ ਦੱਸਾਂਗੇ ਆਲੂ ਵਾਲੀ ਰੋਟੀ ਆਵੇ। ਐਕਚੁਅਲੀ ਉਸਨੇ ਬਣਾ ਉਹਨਾਂ ਨੇ ਬਣਾਇਆ ਆਲੂ ਸਟਫਡ ਪਰਾਂਠਾ, ਮਤਲਬ ਆਲੂ ਭਰ ਕੇ ਪਰਾਂਠਾ। ਅਤੇ ਵਾਈ, ਕਿਉਂ ਬਣਾਇਆ? ਫੋਰ ਮੀ, ਮੇਰੇ ਲਈ। ਨਾਲ ਉਹਨਾਂ ਨੇ ਮੈਨੂੰ ਕੀ ਦਿੱਤਾ? ਕਰਡ ਐਂਡ ਹੋਮ ਮੇਡ ਬਟਰ। ਸਵਾਦ ਲੱਗਦੇ ਆ, ਸਟੋਰੀ ਬਣਾ ਸਕਦੇ ਹੋ ਆਰਾਮ ਦੇ ਨਾਲ ਤੁਸੀਂ। ਸ਼ੀ ਮੇਡ, ਉਹਨਾਂ ਨੇ ਬਣਾਇਆ, ਕਿਉਂਕਿ ਕਿਉਂ ਬਣਾਇਆ ਉਹਨਾਂ ਨੇ? ਵਾਈ ਹੀ ਔਰ ਸ਼ੀ ਕੁਕਡ, ਕਿਉਂਕਿ ਉਹਨਾਂ ਨੂੰ ਪਤਾ ਕਿ ਮੇਰੀ ਫੇਵਰੇਟ ਡਿਸ਼ ਹੈ। ਸਮਝ ਲੱਗ ਗਈ? ਵਨ ਥਿੰਗ, ਇੱਕ ਗੱਲ ਹੋਰ, ਥਿੰਗ ਮੋਰ, ਆਈ ਕੇਮ ਬੈਕ ਹਾਊਸ ਆਫਟਰ 6 ਮੰਥ, ਮੈਂ 6 ਮਹੀਨੇ ਬਾਅਦ ਘਰ ਵਾਪਸ ਆਇਆ। ਸੋ ਮੇਰੀ ਮੰਮਾ ਮੈਨੂੰ ਕੀ ਚਾਹੁੰਦੀ ਸੀ? ਸਰਪ੍ਰਾਈਜ਼ ਦੇਣਾ। ਇੱਕ ਤਾਂ ਰੀਜ਼ਨ ਇਹ ਦੱਸ ਦਿੱਤਾ ਕਿ ਮੈਨੂੰ ਫੇਵਰੇਟ ਔਰ ਡਿਸ਼ ਮੈਨੂੰ ਬਹੁਤ ਸਵਾਦ ਲੱਗਦੀ ਹੈ, ਦੂਸਰਾ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਮੇਰੀ ਫੇਵਰੇਟ ਡਿਸ਼ ਬਣਾ ਕੇ। ਵਾਈ ਦਾ ਆਂਸਰ ਮਿਲ ਗਿਆ ਹੁਣ ਤੁਹਾਨੂੰ? ਐਕਸਪਲੇਨ ਕਰੋ ਕਿ ਤੁਸੀਂ ਉਸ ਮੀਲ ਦੇ ਰਿਗਾਰਡਿੰਗ ਕਿਸ ਤਰ੍ਹਾਂ ਦਾ ਫੀਲ ਕੀਤਾ। ਆਈ ਫੈਲਟ ਗੁੱਡ, ਬਹੁਤ ਅੱਛਾ ਮਹਿਸੂਸ ਕੀਤਾ। ਈਵਨ ਕਿ ਓਵਰ ਦਾ ਮੂਨ ਬਹੁਤ ਖੁਸ਼ ਹੋਇਆ, ਕਿਉਂਕਿ ਹੋਸਟਲ ਦੇ ਵਿੱਚ ਜਸਟ ਇੱਕ ਦਿਨ ਆਈ ਗੋਟ ਆਲੂ ਰੋਟੀ, ਇੱਕ ਦਿਨ ਮੈਨੂੰ ਆਲੂ ਰੋਟੀ ਮਿਲੀ, ਉਹ ਵੀ ਬਿਨਾਂ ਮੱਖਣ ਤੋਂ, ਉਹ ਵੀ ਬਹੁਤ ਠੰਡੀ। ਦੈਟਸ ਵਾਈ ਆਈ ਵਾਸ ਹੈਪੀ, ਉਦੋਂ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੋਰ ਓਵਰ ਇਨ ਦੋਜ਼ ਡੇਜ਼ ਆਈ ਹੈਡ ਦਿਸ ਫੂਡ ਵਿਦ ਮਾਈ ਆਲ ਫੈਮਿਲੀ ਮੈਂਬਰਸ। ਈਵਨ ਕਿ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਫੈਮਿਲੀ ਨਾਲ ਫੂਡ ਕਰਨ ਖਾਣ ਦਾ ਮੌਕਾ ਮਿਲਿਆ। ਆਈ ਰੀਅਲੀ ਇੰਜੋਇਡ ਵਿਦ ਦੈਮ, ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ, ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ। ਬੋਲ ਸਕਦੇ ਹੋ ਨੈਚੁਰਲ ਕਾਪੀ ਪੇਸਟ। ਸੋ ਦੈਟ ਵਾਸ ਅ ਟਾਈਮ ਵੈਨ ਮਾਈ ਮਦਰ ਮੇਡ ਸਪੈਸ਼ਲ ਫੂਡ ਫੋਰ ਮੀ। ਮੋਡਿਊਲਸ ਇਟਸ 2844-8403 ਕੰਟੈਕਟ ਕਰ ਸਕਦੇ ਹੋ। ਵਨ ਮੋਰ ਥਿੰਗ, ਫੀਸ ਬਹੁਤ ਜ਼ਿਆਦਾ ਰੀਜ਼ਨੇਬਲ ਹੈ। ਸਿੰਗਲ ਮੋਡਿਊਲ ਤੁਹਾਨੂੰ ਰੀਡਿੰਗ ਔਖਾ ਲੱਗਦਾ, ਰਾਈਟਿੰਗ ਔਖਾ ਲੱਗਦਾ, ਸਪੀਕਿੰਗ ਦਾ ਕਿਊ ਕਾਰਡ ਬਣਾਉਣਾ ਨਹੀਂ ਆਉਂਦਾ ਗਾ। ਨੋਰਮਲ ਵਿਊ ਆਫ ਕਮਿਊਨੀਕੇਸ਼ਨ ਤੁਸੀਂ ਆਪਣਾ ਸਪੀਕਿੰਗ ਇੰਪਰੂਵ ਕਰਨਾ ਹੈ, ਤੁਸੀਂ ਆਪ ਜੀ ਆਪਣੀ ਕਲਾਸਿਸ ਸਟਾਰਟ ਕਰ ਸਕਦੇ ਹੋ। ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਆਈਲੈਟਸ ਵਿਦ ਸੋਫੀਆ। ਹੁਣ ਆਪਾਂ ਕਰਾਂਗੇ ਫੋਲੋਅਪਸ। ਪਲੀਜ਼ ਗਾਈਸ, ਇਸ ਚੈਨਲ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਐਂਡ ਸਬਸਕ੍ਰਾਈਬ ਕਰ ਦਿਓ। ਮੇਰੀ ਭੈਣ ਅਤੇ ਮੇਰਾ ਭਰਾ ਬਣ ਕੇ ਪਲੀਜ਼ 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 ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਫਸਟ ਤੁਹਾਡਾ ਕੁਐਸਚਨ ਹੈਗਾ ਵੈ ਕਿ ਬੱਚਿਆਂ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਸਕੂਲ ਦੇ ਵਿੱਚ? ਅਕੋਰਡਿੰਗ ਟੂ ਮੀ, ਸਟੂਡੈਂਟਸ ਨੂੰ ਸਿੱਖਣਾ ਚਾਹੀਦਾ ਵੈ ਬੇਸਿਕ ਕੁਕਿੰਗ ਸਕਿੱਲਸ, ਤਾਂ ਕਿ ਉਹ ਇੰਡੀਪੈਂਡੈਂਟ ਹੋ ਸਕਣ ਖਾਣਾ ਆਪਣਾ ਪਕਾਉਣ ਦੇ ਵਿੱਚ, ਆਪਣੇ ਆਪ ਦੇ ਲਈ ਜਦੋਂ ਇਕੱਲੇ ਹੈ ਘਰ ਦੇ ਵਿੱਚ। ਇਸ ਤੋਂ ਇਲਾਵਾ ਦੇ ਕੈਨ ਲਰਨ ਅਬਾਊਟ ਈਟਿੰਗ ਹੈਲਥੀ ਹੈਬਿਟਸ ਦੇ ਬਾਰੇ ਵੀ ਉਹ ਸਿੱਖ ਸਕਦੇ ਆ ਕਿ ਕਿਹੜਾ ਫੂਡ ਉਹਨਾਂ ਦੇ ਲਈ ਹੈਲਥੀ ਹੈ, ਉਹਨਾਂ ਨੂੰ ਇਹ ਵੀ ਪਤਾ ਲੱਗੇਗਾ। ਆਈ ਮੀਨ ਟੂ ਸੇ, ਵੈਨ ਦੇ ਸਟਾਰਟ ਟੂ ਟੇਕ ਇੰਟਰਸਟ, ਜਦੋਂ ਕੁਕਿੰਗ ਦੇ ਵਿੱਚ ਇੰਟਰਸਟ ਹੋਣਾ ਪਸੰਦ ਕਰਦੇ ਆ ਨਾ, ਦੈਨ ਸਟਾਰਟ ਦੇ ਵਿਲ ਸਟਾਰਟ ਟੂ ਟੇਕ ਹੈਲਥੀ ਫੂਡ, ਦੈਨ ਆਟੋਮੈਟਿਕਲੀ ਉਹ ਹੈਲਥੀ ਫੂਡ ਲੈਣਾ ਸਟਾਰਟ ਕਰ ਦੇਣਗੇ ਆਪਣੀ ਬੋਡੀ ਦੇ ਲਈ, ਜਿਹੜੀ ਬਹੁਤ ਅੱਛੀ ਗੱਲ ਹੈ ਅਤੇ ਕਰੂਸ਼ੀਅਲ ਹੈ ਸਭ ਦੇ ਲਈ ਕੁਕਿੰਗ ਸਿੱਖਣਾ। ਸੈਕਿੰਡ ਕੁਐਸਚਨ, ਡੂ ਯੂ ਥਿੰਕ ਪੀਪਲਸ ਈਟਿੰਗ ਹੈਬਿਟਸ ਵੁੱਡ ਚੇਂਜ? ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੀ ਈਟਿੰਗ ਹੈਬਿਟਸ ਚੇਂਜ ਹੋ ਜਾਣਗੇ ਜਦੋਂ ਓਲਡ ਹੋਣਗੇ? ਆਫਕੋਰਸ ਇਟ ਵਿਲ ਐਲਟਰ, ਐਲਟਰ ਹੋਣਗੀਆਂ, ਐਲਟਰ ਮਤਲਬ ਚੇਂਜ, ਕਿਉਂਕਿ ਇਹ ਟੋਟਲੀ ਡਿਪੈਂਡ ਕਰਦਾ ਪਰਸਨ ਦੇ ਮੂਡ ਦੇ ਉੱਤੇ। ਅੱਜ ਜਿਹੜਾ ਜਵਾਨ ਉਹਨੇ ਮੈਗੀ ਖਾਣੀ ਆ, ਕੱਲ੍ਹ ਜਦੋਂ ਬੁੱਢਾ ਹੋ ਗਿਆ ਉਹਨੇ ਖਿਚੜੀ ਖਾਣੀ, ਦਲੀਆ ਖਾਣਾ। ਪਰਸਨ ਸਿਚੁਏਸ਼ਨ, ਮੂਡ, ਏਜ, ਲਾਈਕ ਐਂਡ ਡਿਸਲਾਈਕ। ਮੋਸਟਲੀ ਜਿਹੜੇ ਯੰਗ ਪੀਪਲ ਹੁੰਦੇ ਲਾਈਕ ਟੂ ਈਟ ਫਾਸਟ ਫੂਡ, ਬਟ ਵੈਨ ਦੇ ਐਂਟਰ ਇਨ ਓਲਡ ਏਜ, ਜਦੋਂ ਓਲਡ ਏਜ ਦੇ ਵਿੱਚ ਐਂਟਰ ਕਰਦੇ, ਐਟ ਦੈਟ ਟਾਈਮ ਦੇ ਸਟਾਰਟ ਟੂ ਈਟ ਲਾਈਟ ਫੂਡ ਲਾਈਕ ਪੋਰਿਜ, ਖਿਚੜੀ, ਓਟਸ, ਦਲੀਆ। ਤੁਸੀਂ ਦੇਖ ਰਹੇ ਹੋ ਨੀਚੇ 25 May 2024, ਇਹਦਾ ਮਤਲਬ ਇਹ ਹੈ ਕਿ ਮੈਂ ਰਾਈਟਿੰਗ ਟਾਸਕ 2 ਦੀ ਵੀਡੀਓ ਸ਼ੇਅਰ ਕਰ ਦਿੱਤੀ ਹੋਈ ਹੈ। 25 May 2024 ਰਾਈਟਿੰਗ ਟਾਸਕ 2 ਜਿਹੜਾ ਆਇਆ ਸੀ, ਸੈਂਪਲ ਆਂਸਰ ਸ਼ੇਅਰ ਕਰ ਦਿੱਤਾ ਹੋਇਆ ਵੈ। ਅਗਰ ਤੁਸੀਂ ਉਸ ਵੀਡੀਓ ਨੂੰ ਮਿਸ ਕੀਤਾ ਵੈ, ਦੈਨ ਤੁਸੀਂ ਵਾਚ ਕਰ ਸਕਦੇ ਹੋ ਔਨ ਮਾਈ ਯੂਟਿਊਬ ਚੈਨਲ ਆਈਲੈਟਸ ਵਿਦ ਸੋਫੀਆ। ਵਨ ਥਿੰਗ ਮੋਰ,
ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਬਿਲਕੁਲ ਕਰ ਦਿਓ, ਬਿਕੋਜ਼ ਕੱਲ੍ਹ 17ਵਾਂ ਅਤੇ 18ਵਾਂ ਕਿਊ ਕਾਰਡ ਮੈਂ ਅਪਲੋਡ ਕਰਨਾ ਮੈਂ, ਸੋ ਸਟੇ ਕਨੈਕਟਡ, ਆਈ ਲਿਟਸ ਵਿਦ ਸੋਫੀਆ, ਗੋਡ ਬਲੈਸ ਯੂ। ਆਈਡੀਆ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਬੋਕਸ ਵਿੱਚ ਜ਼ਰੂਰ ਦੱਸਿਓ, ਅਤੇ ਇੱਕ ਗੱਲ ਹੋਰ, ਆਲੂ ਵਾਲੀ ਰੋਟੀ ਕਿਸ ਨੂੰ ਪਸੰਦ ਹੈ ਇਹ ਵੀ ਗੱਲ ਜ਼ਰੂਰ ਦੱਸਿਓ। ਆਈ ਵਿਲ ਸਟਿਲ ਬੀ ਵੈਰੀ ਹੈਪੀ।